ਠੀਕ ਹੋ ਗਿਆ ਹੋਂਡਾ ਸਿਵਿਕ ਗੱਡੀ ਆ ਗਈ ਹੈ ਹਾਈਬ੍ਰਿਡ 17 ਮਾਡਲ ਦੀ ਹੈ ਇੱਕ ਪੀਸ ਦੀ ਟੱਚਿੰਗ ਹੈ ਫੈਂਡਰ ਦੂਸਰਾ ਪੀਸ ਨਿਕਲੇ ਮਾਲਕ ਕਹਿੰਦੇ ਨੇ ਲੱਖ ਰੁਪਈਆ ਛੱਡਾਂਗੇ ਡਿਮਾਂਡ ਕੀ ਕਰਦੇ ਨੇ ਗੱਡੀ ਘਰ ਦੀ ਚੱਲੀ ਹੈ ਗੱਡੀ ਬਹੁਤ ਸੋਹਣੀ ਹੈ ਗੱਡੀ ਦਾ ਰੂਮ ਬਹੁਤ ਸੋਹਣਾ ਗੱਡੀ ਬਹੁਤ ਤਗੜੀ ਹੈ ਜੋਕਰ ਸਾਹਿਬ ਦਾ ਕਹਿਣਾ ਨਰਾਨ ਕਗਾਨ ਬਾਬੂ ਸਾਹਿਬ ਟਾਪ ਸਾਰਾ ਫਿਰ ਕੇ ਆਇਆ ਮੈਂ ਆਨ ਜਾਣ ਕੀਤਾ 24,000 ਰੁਪਏ ਦਾ ਤੇਲ ਖਾਧਾ ਏਸੀ ਲਾ ਕੇ ਗਏ ਨੇ ਮੋਟਰਵੇ ਦੇ ਬੜੀ ਤਗੜੀ ਗੱਡੀ ਹੈ ਡਿਮਾਂਡ ਕੀ ਕਰਦੇ ਨੇ ਬੋਸ ਗੱਡੀ ਦੀ 48 ਲੱਖ ਰੁਪਇਆ ਇੱਕ ਪੀਸ ਦੀ ਟੱਚਿੰਗ ਹੈ ਦੂਸਰਾ ਪੀਸ ਨਿਕਲੇ ਮਾਲਕ ਕਹਿੰਦੇ ਨੇ ਲੱਖ ਰੁਪਈਏ ਛੱਡਾਂਗੇ ਫੈਂਡਰ ਦੀ ਮਾਈਨਰ ਦੀ ਟੱਚਿੰਗ ਹੈ ਗੱਡੀ ਬਿਲਕੁਲ ਨਵੀਂ ਹੈ ਚਲਾਂ ਚਲਾਵਾ ਸਿਰ ਮੇਰਾ ਗੱਡੀ ਦਾ ਰੂਪ ਬਹੁਤ ਸੋਹਣਾ 1 ਰੁਪਏ ਦਾ ਕੰਮ ਨਹੀਂ ਹੈਗਾ ਗੱਡੀ ਦੇ ਵਿੱਚ 48 ਲੱਖ ਰੁਪਈਏ ਮੰਗਦੇ ਨੇ ਸੋਹਣੀ ਗੱਡੀ ਦਾ ਸੋਹਣਾ ਮੁੱਲ ਹੁੰਦਾ ਡਿਮਾਂਡ ਦਿਓ 48 ਲੱਖ ਦੀ ਆਫਰ 48 ਲੱਖ ਰੁਪਈਆ ਮਾਲਕ ਮੰਗਦੇ ਨੇ ਆਫਰ ਦਿਓ ₹42 ਲੱਖ ਡੋਗਰ ਸਾਹਿਬ ਗੱਡੀ ਲੈਂਦੇ ਨੀ ਵੱਡੀਆਂ ਗੱਡੀਆਂ ਦਾ ਕੰਮ ਕਰਦੇ ਨੇ ਬਰਾਡੋ ਟੀ ਰੈਡ ਦਾ ਕਰਦੇ ਨੇ ਕਰੂਜ਼ਰ ਦਾ ਛੋਟੀ ਗੱਡੀ ਦੇ ਲੈਂਦੇ ਨੇ ਚੰਗੀ ਲੈ ਲੈਂਦੇ ਨੇ ਹਾਂਜੀ 42 ਲੱਖ ਰੁਪਈਆ ਇੰਜੀ ਗੱਲ 42 ਲੱਖ ਰੁਪਈਆ ਹਾਂਜੀ 42 ਲੱਖ ਤੋਂ ਉੱਪਰ ਆ ਕੋਈ 42 ਲੱਖ ਰੁਪਈਆ ਕਿਆ ਬਾਤ ਹੈ ਡੋਗਰ ਸਾਹਿਬ ਦਾ ਕਹਿਣਾ ਇੱਕ ਪੀਸ ਦੀ ਵਾਰ ਦੇਣਗੇ ਦੂਜਾ ਨਿਕਲੇਗਾ 5 ਲੱਖ ਰੁਪਈਆ ਛੱਡਣਗੇ ਹਾਂਜੀ 42 ਲੱਖ ਦੀ ਆਫਰ ਆ ਗਈ ਹਾਂਜੀ ਨਵੀਂ ਗੱਡੀ ਤੋਂ ਦੋਨੋਂ ਜਿਵੇਂ ਵੀ ਲੈਣੀ ਹੈ ਬੋਲੋ ਸਾਰੇ ਲੈਣਗੇ ਤੂੰ 2 ਘੰਟੇ ਦਾ ਟਾਈਮ ਦੇ ਬਾਅਦ ਚਲੋ ਇਹ ਸਾਰੇ ਲੈਣਗੇ ਗੱਡੀ